ਮਾਮਲਾ ਕੀ ਹੈ ਸਰ ਜਿਹੜਾ? ਭਾਈ ਸਵੇਰੇ ਮੈਨੂੰ 5:30 ਵਜੇ ਇੱਥੇ ਸਫਾਈ ਕਰਮਚਾਰੀਆਂ ਦਾ ਫੋਨ ਆਉਂਦਾ, ਉਹ ਕਹਿੰਦੇ ਸਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਅਤੇ ਲੋਕ ਖੁੱਲ੍ਹੇ ਹੋਇਆ ਦੁਕਾਨ ਦੇ। ਜਦੋਂ ਮੈਂ ਆ ਕੇ ਦੇਖਿਆ ਤਾਂ ਮੇਰਾ ਨੁਕਸਾਨ ਹੋਇਆ ਜੀ ਥੋੜ੍ਹਾ, ਕੋਈ ਬਟਨ ਵਾਲੇ ਫੋਨ ਆ ਅਤੇ ਬਾਕੀ ਰਿਪੇਅਰ ਕੀਤੇ ਹੋਏ ਸੀ, ਫੋਨ ਵੀ ਚੱਕ ਕੇ ਲੈ ਗਏ। ਸਰ ਨਵੇਂ ਫੋਨ ਸੀਗੇ? ਨਵੇਂ ਫੋਨ ਹਾਂਜੀ, ਬਟਨ ਵਾਲੇ ਤਾਂ ਨਵੇਂ ਫੋਨ ਸੀਗੇ, ਬਾਕੀ ਤਾਂ ਮੈਂ ਵੱਡੇ ਫੋਨ ਲੈ ਜਾਣਾ ਉਹਨਾਂ ਟੱਚ ਫੋਨ, ਅਤੇ ਬਾਕੀ ਰਿਪੇਅਰ ਕਰਕੇ ਰੱਖੇ ਹੋਏ ਸੀ ਉਹ ਫੋਨ ਲੈ ਗਏ ਆ ਅਤੇ ਬਟਨ ਵਾਲੇ ਫੋਨ ਲੈ ਗਏ ਆ, ਥੋੜ੍ਹਾ ਹੋਰ ਨੁਕਸਾਨ ਚਲ ਗਿਆ, ਕੈਸ਼ ਪਿਆ ਜੀ 7-8 ਹਜ਼ਾਰ ਦਾ। ਹਾਂਜੀ ਹਾਂਜੀ ਉਹ ਲੈ ਗਏ, ਅਤੇ ਕੱਲ੍ਹ ਦੇ ਨੈੱਟ ਨੁੱਟ ਵੀ ਬੰਦੇ ਸੀਗੇ, ਚੋਰੀਆਂ ਵਧੀਆ ਚੋਰੀ ਹੋਈ ਆ ਅਜੇ ਤੱਕ, ਉਦਣ ਦੇ ਕਾਰਨ ਗੱਲ ਕਰਦੇ ਪਏ ਸੀ ਵੀ ਸਾਡਾ ਜੀ ਕੰਮ ਹੋਣੇ ਵਾਲਾ ਹੀ ਆ ਜੀ। ਅਤੇ ਪ੍ਰਸ਼ਾਸਨ ਤੋਂ ਕੀ ਮੰਗ ਰੱਖਦੇ ਆਪਾਂ? ਪ੍ਰਸ਼ਾਸਨ ਤੋਂ ਇਹੀ ਮੰਗ ਰੱਖਦੇ ਹਾਂ ਜੀ, ਹੁਣ ਤਾਂ ਜਾਣੀ ਦਿਨੋਂ ਦਿਨ ਚੋਰੀ ਵਧੀ ਗਈ ਆ। ਟੋਟਲ ਅਮਾਊਂਟ ਕਿੰਨੀ ਕੁ ਆਪਣਾ ਨੁਕਸਾਨ ਹੋ ਗਿਆ ਸਰ? ਅਮਾਊਂਟ ਜ਼ਿਆਦਾ ਨਹੀਂ, ਜਾਂ ਕਹੀ 35-40 ਹਜ਼ਾਰ ਦਾ ਹੋ ਗਿਆ ਜੀ। ਅਤੇ ਆਪਣਾ ਰਿਹਾਇਸ਼ ਕਿੱਥੇ ਸਰ? ਰਿਹਾਇਸ਼ ਮੇਰਾ ਪਿੰਡ ਪੱਦੀ ਖਾਲ ਸਾਹਿਬ ਜੀ। ਪੱਦੀ ਖਾਲ? ਹਾਂਜੀ ਪੱਦੀ ਖਾਲ। ਸ਼ੁਭ ਨਾਮ ਕੀ ਜੀ ਆਪਣਾ? ਰਕੇਸ਼।